ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗੁੱਡ ਮਾਰਨਿੰਗ। ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਅਤੇ ਘੈਂਟ ਹੋਵੋਗੇ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ। ਸਵੇਰ ਦੇ 7:23 ਅਤੇ ਤਰੀਕ ਹੈਗੀ 17। ਅੱਜ 17 ਤਰੀਕ ਨੂੰ ਤੁਹਾਨੂੰ ਦੱਸ ਦਈਏ ਵੀ ਆਪਾਂ ਚੱਲੇ ਹਾਂ ਜੀ ਦਿੱਲੀ। ਦਿੱਲੀ ਫਿਰ ਕਿਉਂ ਚੱਲੇ ਹਾਂ? ਔਰ ਆਪਣੀ ਕਾਰ 'ਤੇ ਨਹੀਂ ਚੱਲੇ, ਆਪਾਂ ਇੱਥੋਂ ਤਾਂ ਹਜੇ ਚੱਲੇ ਹਾਂ ਭਾਜੀ ਕੇ ਪਿੰਡ, ਭੈਣ ਦੇ ਸਹੁਰੇ। ਵੈਸੇ ਮੈਂ ਪਹਿਲੀ ਵਾਰ ਚੱਲਿਆ ਹਾਂ ਅਤੇ ਚੱਲਿਆ ਤਾਂ ਮੈਂ ਹਜੇ ਮਤਲਬ ਜੋ ਤਰਗੇ ਨੇ ਨਾਲ ਅਤੇ ਅਫੀਸ਼ੀਅਲ ਤੌਰ 'ਤੇ ਨਹੀਂ ਮੈਂ ਚੱਲਿਆ। ਮੈਂ ਜਾ ਰਿਹਾ ਸਿਰਫ ਕਿਉਂਕਿ ਉੱਥੇ ਗੱਡੀ ਲਾਉਣੀ ਆ ਅਤੇ ਦੂਜੇ ਨੰਬਰ 'ਤੇ ਉਹ ਗੱਡੀ ਸਕੋਰਪੀਓ ਦੇ ਉੱਤੇ ਅਸੀਂ ਮੈਂ ਅਤੇ ਭਾਜੀ ਇੰਦਰ ਭਾਜੀ ਨੇ ਅਤੇ ਅਸੀਂ ਜਾਣਾ ਦਿੱਲੀ। ਮਾਸੀ ਹੋਣਾ ਨਹੀਂ ਆਉਣਾ, ਮਤਲਬ ਭੈਣ ਦੀ ਸਾਸੂ ਮਾਂ ਅਤੇ ਭੈਣ ਦੇ ਦਿਓਰ ਨੇ, ਠੀਕ ਆ, ਭਾਜੀ ਦੇ ਛੋਟੇ ਭਰਾ ਨੇ ਅਤੇ ਭਾਜੀ ਦੀ ਮੰਮੀ ਨੇ, ਠੀਕ ਆ, ਇੱਦਾਂ ਕਹਿ ਲੈਂਦੇ। ਅਤੇ ਉਹਨਾਂ ਨੇ ਆਉਣਾ ਦਿੱਲੀ ਅਤੇ ਭਾਜੀ ਹੈਗੇ ਸੀ ਇਕੱਲੇ ਦਿੱਲੀ ਜਾਣ ਨੂੰ ਅਤੇ ਮੈਨੂੰ ਕਹਿੰਦੇ ਵੀ ਤੁਸੀਂ ਚੱਲੋਗੇ ਮੇਰੇ ਨਾਲ? ਮੈਂ ਕਿਹਾ ਜੀ ਜ਼ਰੂਰ, ਹੁਕਮ ਤੁਹਾਡਾ, ਸਿਰ ਮੱਥੇ ਜ਼ਰੂਰ ਚੱਲਾਂਗੇ। ਅਤੇ ਹੁਣ ਆਪਾਂ ਚੱਲੇ ਹਾਂ ਉੱਥੇ ਭਾਜੀ ਦੇ ਪਿੰਡ ਅਤੇ ਮੈਂ ਮਦਪੁਰ ਪਿੰਡ ਆ ਨਵੇਂ ਸ਼ਹਿਰ ਦੇ ਨਾਲ। ਅਤੇ ਹੁਣ ਆਪਾਂ ਜਿਹੜਾ ਉੱਥੇ ਚੱਲਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਦੇਖਦੇ ਹਾਂ ਫਿਰ ਅੱਜ ਕੀ ਬਣਦਾ ਜੁੜਦਾ ਹੈ ਵਲੌਗ 'ਚ। ਅਤੇ ਵੈਸੇ 7:30 ਹੋ ਗਏ ਆ, ਆਪਾਂ ਇਸ ਵੇਲੇ ਜਿੱਦੇ ਭੈਣ ਨੂੰ ਲੈਣ ਗਏ ਇਸ ਵੇਲੇ ਪਿੰਡੋਂ ਨਿਕਲ ਗਏ ਸੀਗੇ, ਇਸ ਵੇਲੇ ਅੱਜ ਆਪਾਂ ਇੱਥੋਂ ਪਿੰਡੋਂ ਨਿਕਲੇ ਹਾਂ। ਅਤੇ ਇੱਥੋਂ 40 ਕਿਲੋਮੀਟਰ ਆ ਪਿੰਡ ਅੱਗੇ ਨਵੇਂ ਸ਼ਹਿਰ ਵੱਲ ਨੂੰ, ਅਤੇ ਉੱਥੋਂ ਦਿੱਲੀ 325 ਕਿਲੋਮੀਟਰ ਰਹਿ ਜਾਣੀ ਆ, ਉਹੀ 40 ਕਿਲੋਮੀਟਰ ਘੱਟ ਜਾਣਾ ਹੈ ਇੱਥੋਂ। ਅਤੇ ਚਲੋ ਆਪਾਂ ਟਾਈਮ 'ਤੇ ਚੱਲ ਪਿਆ ਅਤੇ ਉੱਥੋਂ ਭਾਜੀ ਨੂੰ ਨਾਲ ਲੈ ਕੇ ਅਤੇ ਆਪਾਂ ਗੱਡੀ ਜਿਹੜੀ ਆ ਸਕੋਰਪੀਓ 'ਤੇ ਚੱਲਾਂਗੇ ਦਿੱਲੀ। ਚਲੋ ਜੀ ਫਿਰ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ, ਵੇਖਦੇ ਹਾਂ ਫਿਰ ਕੀ ਬਣਦਾ ਜੁੜਦਾ ਅੱਜ ਦੇ ਵਲੌਗ 'ਚ। ਰਸਤੇ 'ਚ ਆ ਗਏ, 150 ਕਿਲੋਮੀਟਰ ਪਤਾ ਹੀ ਨਹੀਂ ਲੱਗਿਆ ਸਾਨੂੰ ਕਦੋਂ ਲੰਘ ਗਿਆ ਹੈ, ਕਿਉਂਕਿ ਅਸੀਂ ਗੱਲਾਂ ਬਾਤਾਂ ਹੀ ਮੈਂ ਅਤੇ ਭਾਜੀ ਇੰਨੀਆਂ ਮਾਰਦੇ ਆਏ ਵੀ ਮਤਲਬ ਗੱਲਾਂ ਛਿੜਪੀਆਂ ਲੰਮੀਆਂ ਇੰਡਸਟਰੀ ਲੈਣ ਦੀਆਂ ਅਤੇ ਬਸ ਪੁਰਾਣੀਆਂ ਸ਼ੋਰਟ ਮੂਵੀਆਂ, ਕਿਉਂਕਿ ਭਾਜੀ ਵੀ ਸਿੰਗਰ ਆ ਆਪਣਾ ਉਹਦੇ ਕਰਕੇ। ਅਤੇ ਹੁਣ ਆਪਾਂ ਇੱਥੇ ਖੜ੍ਹੇ ਅਮਨ ਰੈਸਟੋਰੈਂਟ ਦੇ ਜਿੱਥੇ ਉੱਦੇ ਖੜ੍ਹੇ ਸੀ ਰਾਤ ਨੂੰ, ਸੈਂਡਵਿਚ ਖਾਧੇ ਭਾਜੀ ਉਹਨਾਂ ਦਾ ਫੇਵਰੇਟ ਆ ਇਹ। ਅਤੇ ਹੁਣ ਇੱਥੋਂ ਆਪਾਂ ਖਾਵਾਂਗੇ ਕੁਛ, ਭੁੱਖ ਲੱਗੀ ਵੀ ਹੈ, ਬ੍ਰੇਕਫਾਸਟ ਕਰਾਂਗੇ ਫਿਰ ਤੋਂ ਬਾਅਦ ਅੱਗੇ ਚੱਲਾਂਗੇ ਦਿੱਲੀ ਲਈ। ਸਤਿ ਸ਼੍ਰੀ ਅਕਾਲ ਜੀ। ਟੈਂਟ ਪਿਆ, ਇਹਨੂੰ ਖੋਲ ਕੇ ਦਵਾਂਗੇ ਘਰੇ। ਤਕਦੀਰਾ ਕਿੱਥੇ ਗਿਆ ਦੀਦੀ? ਪਤਾ ਨਹੀਂ, ਇੱਥੇ ਸੀਗਾ। ਤਕਦੀਰ ਕਿੱਥੇ ਆ? ਤਕਦੀਰ ਦਿਖਦਾ ਨੀ, ਉਹ ਬੇਟਾ ਨਾਨੀ ਦੋਤੀ ਦੇ ਲੋ ਕੀ ਕਰਦੀ ਹੈ, ਪਤਾ ਉਹਨੂੰ ਵੀ ਨਹੀਂ ਲੱਗੀ। ਹਟਾ ਦੇ, ਲਓ ਵੀ ਰੋਟੀ ਪਾਣੀ ਖਾ ਲਿਆ, ਪਰੌਂਠੇ ਖਾ ਲਏ, ਦੋ ਦੋ ਚਾਹ ਚੁ ਪੀ ਲਈ ਹੈਗੀ। ਹੁਣ ਆਪਾਂ ਮੁਰਥਲ ਤੱਕ ਨਹੀਂ ਰੁਕਣਾ ਕਿਉਂਕਿ ਬਾਟ ਆਪਣੀ ਰਹਿ ਗਈ 150 ਕਿਲੋਮੀਟਰ ਦੀ, 180 ਕਿਲੋਮੀਟਰ ਦੀ। ਅਤੇ ਫਿਰ ਫਲਾਈਟ ਦਾ ਵੀ ਟਾਈਮ ਨੇੜੇ ਹੀ ਹੈ, 3:15-3 ਵਜੇ ਆ ਜਾਣੀ ਹੈ ਫਲਾਈਟ, ਅਤੇ ਇਸ ਕਰਕੇ ਲੇਟ ਨਾ ਹੁੰਦੇ ਹੋਏ ਟਾਈਮ ਨਾਲ ਹੀ ਚੱਲਾਂਗੇ। 3 ਘੰਟੇ 'ਚ ਆਪਾਂ ਪਹੁੰਚ ਜਾਣਾ, 3 ਘੰਟੇ 'ਚ ਜਹਾਜ਼ ਆ ਜੂਗਾ, ਫਿਰ 15-20 ਮਿੰਟਾਂ 'ਚ ਮਾਸੀ ਵਰਗੇ ਬਾਹਰ ਆ ਜਾਣਗੇ। ਸੋ ਮੈਂ ਵੀ ਪਹਿਲੀ ਵਾਰ ਮਿਲਣਾ ਮਾਸੀ ਹੋਰਾਂ ਨੂੰ, ਅਤੇ ਬਾਈ ਆਉਂਦਾ ਅਤੇ ਚੱਲਦੇ ਹਾਂ ਫਿਰ ਅੱਗੇ ਆਪਾਂ। ਵੈਸੇ ਢਾਬਾ ਬਹੁਤ ਸੋਹਣਾ ਯਾਰ, ਇਹ ਫੂਡ ਵੀ ਘੈਂਟ ਆ ਇਹਨਾਂ ਦਾ। ਉੱਦਾਂ ਹੀ ਰਾਤ ਨੂੰ ਸੈਂਡਵਿਚ ਖਾਧੇ ਇੱਥੋਂ 11 ਵਜੇ, ਅੱਜ 11 ਵਜੇ ਦਿਨ ਦੇ ਪਰੌਂਠੇ ਖਾ ਲਏ। ਬਾਕੀ ਇੱਧਰਲੇ ਢਾਬੇ ਸਾਰੇ ਘੈਂਟ ਆ। ਵਾਹ, ਦੋਨੇ ਵਾਲੀਆਂ ਨੇ ਕਿਹੜਾ ਇਹੋ ਜਿਹਾ ਕੰਮ ਕੀਤਾ ਜਿਹੜੇ ਹਾਰਾਂ ਨਾਲ ਸਨਮਾਨਿਤ ਕਰ ਰਹੀ ਹੈ ਇੱਕ ਦੂਸਰਿਆਂ ਨੂੰ, ਹੈ ਭੂਆ ਭਤੀਜੀ ਨੇ ਕਿਹੜਾ ਕੰਮ ਕੀਤਾ ਇਹੋ ਜਿਹਾ ਹਾਰਾਂ ਵਾਲਾ? ਹਾਂ ਹਾਰ ਪਾ ਕੇ ਕੰਮ ਕਰੋ ਕਹਿੰਦੀ ਭੂਆ ਜੀ, ਕਹਿੰਦੀ ਭੂਆ ਜੀ ਸਫਾਈ ਕਰੋ ਹਾਰ ਪਾ ਕੇ, ਦੇਖ ਲੈ ਨਹੀਂ ਲਾਉਂਦੀ ਚੱਲਿਆ।
ਦਿਨ ਅਸੀਂ ਤੇਲ ਤੂਲ ਪਵਾ ਕੇ ਮਰਥਲ ਤੋਂ ਚੱਲ ਪਏ ਅੱਗੇ ਏਅਰਪੋਰਟ ਨੂੰ। ਲੇਟ ਵੀ ਨਾ ਹੋ ਜੇ ਸਾਨੂੰ, ਐਦਾਂ ਵੀ ਆ ਤੇ ਪਰ ਵਿਸਤਾਰਾ ਤੈਨੂੰ ਚੰਨ ਕਹਾਂ ਕਿ ਤਾਰਾ। ਲਓ ਜੀ ਏਅਰਪੋਰਟ ਪਹੁੰਚ ਗਏ ਆ, ਪਹੁੰਚੇ ਹਜੇ ਥੋੜਾ ਲੇਟ ਹੀ ਆ, ਫਲਾਈਟ ਵੀ ਲੇਟ ਹੀ ਆ ਅੱਜ। ਅੱਛਾ ਪਹੁੰਚੇ ਅਸੀਂ ਲੇਟ ਇਸ ਕਰਕੇ ਕਿਉਂਕਿ ਜਾਮ ਬਹੁਤ ਮਿਲਿਆ ਸਾਨੂੰ। ਅਤੇ ਚਲੋ ਕੋਈ ਗੱਲ ਨਹੀਂ, ਫਿਰ ਵੀ ਫਲਾਈਟ ਕਿਉਂਕਿ ਲੇਟ ਸੀਗੀ ਅਤੇ ਇਸ ਕਰਕੇ ਫਿਰ ਸਾਨੂੰ ਟੈਨਸ਼ਨ ਜੀ ਘੱਟ ਸੀ ਵੀ ਚੱਲ ਕੋਈ ਗੱਲ ਨਹੀਂ, ਉਦੋਂ ਨਹੀਂ ਉਹ ਆਉਣਗੇ ਬਾਹਰ ਬਸੀ ਵਰਗੇ ਅਤੇ ਉਦੋਂ ਨਹੀਂ ਅਸੀਂ ਪਹੁੰਚਾਂਗੇ। ਅਤੇ ਹੁਣ ਅਸੀਂ ਵੈਸੇ ਵਿੱਚ ਵੜ ਗਏ ਏਅਰਪੋਰਟ ਦੇ, ਹੁਣ 2 ਮਿੰਟਾਂ 'ਚ ਹੀ ਪਾਰਕਿੰਗ 'ਚ ਆਪਾਂ ਜਾ ਵੜਾਂਗੇ ਅਤੇ ਬਸ 2 ਮਿੰਟਾਂ 'ਚ ਅਰਾਈਵਲ ਅਤੇ ਥੱਲੇ ਸਿੱਧੇ। ਪਰ ਜਾਣ ਸਾਰ ਹੀ ਮੁੜ ਪਾਂਗੇ ਅੱਜ ਵੀ ਉਹਦੇ ਵਾਂਗੂ, ਕਿਉਂਕਿ ਫਿਰ ਐਂ ਆ ਵੀ ਬਾਹਲਾ ਟਾਈਮ ਵੀ ਖੜਾ ਖੜਦਾ ਬੰਦਾ, ਫਿਰ ਨਹੀਂ ਤਾਂ ਜਾਣ ਸਾਰ ਹੀ ਮੁੜ ਪੈਂਦਾ ਜਦੋਂ ਮਾੜਾ ਜਿਹਾ ਪੂਰੇ ਪੂਰੇ ਟਾਈਮ ਜੇ ਤਾਂ ਜਾਵੇ। ਚਲੋ ਵੀ ਸਾਡਾ ਵੀ ਟਾਈਮ ਆਊਗਾ ਕਿਸੇ ਦਿਨ, ਚੜ੍ਹ ਕੇ ਵੀ ਜਾਵਾਂਗੇ ਆਪਾਂ ਇੱਥੋਂ। ਵੈਸੇ ਮੈਂ ਚੜ੍ਹਦਾ ਬਾਹਲੇ ਰੀਡ ਆ, ਪਰ ਕਿਸੇ ਪੱਕੇ ਦੇਸ਼ ਨੂੰ ਵੀ ਚੜ੍ਹਾਂਗੇ ਜਦੋਂ ਆਪਾਂ 2-3 ਸਾਲਾਂ ਲਈ ਮੁੜਨਾ ਹੀ ਨਹੀਂ, 4-5 ਸਾਲਾਂ ਲਈ ਉਹ ਵੀ ਚੜ੍ਹਾਂਗੇ ਆਪਾਂ। ਆ ਗਏ ਪਾਰਕਿੰਗ ਦੇ ਵਿੱਚ ਅਤੇ ਹੁਣ ਆਪਾਂ ਚੱਲੇ ਹਾਂ ਲੈਣ ਅਰਾਈਵਲ 'ਤੇ। ਵੈਸੇ ਅਸੀਂ ਲੇਟ ਹਾਂ 1.5 ਘੰਟਾ, ਸਾਨੂੰ ਜਾਮ 'ਚ ਲੱਗ ਗਿਆ ਤੁਹਾਨੂੰ ਦੱਸਿਆ ਸੀਗਾ ਪਹਿਲਾਂ, ਅਤੇ ਹੁਣ ਆਪਾਂ ਚੱਲਦੇ ਹਾਂ ਅਰਾਈਵਲ 'ਤੇ। ਹਾਏ ਹਾਏ ਬੋਲਿਓ ਕੀ ਕਹਿੰਦੇ ਆ ਡੈਡੀ, ਡੈਡੀ ਕੋਈ ਗੱਲ ਕਹਿੰਦੇ ਸੀ, ਕਹਿੰਦੇ ਜਿੰਨਾ ਸਮਾਨ ਤੂੰ ਤੁਸੀਂ ਇਹਨੂੰ ਲਿਆ ਕੇ ਦਿੱਤਾ ਉਨਾ ਹੀ। ਦੀਦੀ ਤਾਂ ਬਹੁਤ ਕਰਦੀ ਹੈ ਇਹ, ਵਾਈਬ ਹੁੰਦੀ ਹੈ ਡੈਡੀ, ਵਾਈਬ ਮੈਚ ਕਰਦੀ ਹੈ ਦੀਦੀ ਨਾਲ ਇਹਦੀ, ਨਹੀਂ ਤਾਂ ਇੰਨਾ ਇਹ ਕਿਸੇ ਕੋਲ ਵੀ ਨਹੀਂ ਜਾਂਦੀ। ਮੰਮੀ ਏਦਾਂ ਬੈਠੀ ਹੈ ਕੀ ਗੱਲ, ਅੱਜ ਪਾਰਟੀ ਕਰਦੇ ਮੰਮੀ ਹੁਣੇ, ਇੱਧਰ ਲਾਇਆ ਹੋਇਆ ਆ ਆਪਾਂ ਏਅਰ ਫਰਾਇਰ, ਇਹਦੇ ਵਿੱਚ ਆਪਣਾ ਸਮਾਨ ਰੈਡੀ ਹੋ ਰਿਹਾ ਆ ਤੇ ਅੱਜ ਮੰਮੀ ਦੀ ਜਿੱਤਣ ਦੀ ਖੁਸ਼ੀ 'ਚ ਪਾਰਟੀ। ਚਲੋ ਜੀ, ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ, ਇੱਧਰ ਦੀਦੀ ਤੇ ਤਕਦੀਰ ਖਾਣ ਲੱਗੇ ਟੌਫੀਆਂ। ਡੈਡੀ ਦਾ ਪਰਸ ਮੰਮੀ ਨੇ ਗਵਾਤਾ, ਡੈਡੀ ਕਹਿੰਦਾ ਜਦੋਂ ਮੈਂ ਨਹੀਂ ਕਿਸੇ ਦੀ ਚੀਜ਼ ਚੱਕਦਾ ਤਾਂ ਮੇਰੀ ਕਿੱਦਾਂ ਚੱਕੀ ਆ। ਡੈਡੀ ਦਾ ਕਰੋ ਹੱਲ ਬਈ, ਮੰਮੀ ਨੂੰ ਕਹੋ ਵੀ ਡੈਡੀ ਦਾ ਪਰਸ ਦੇ ਦੇਵੇ, ਠੀਕ ਆ ਡੈਡੀ? ਡੈਡੀ ਬੋਲੋ ਕੈਮਰੇ ਮੋਹਰੇ ਕਦ ਨੂੰ ਹੈਗਾ ਠੀਕ ਆ। ਹਾਂ ਮੈਂ ਸਾਰੇ ਬੰਦੇ ਨੂੰ ਇਹ ਕਹਿੰਦਾ, ਹਾਂ ਜੇ ਅਸੀਂ ਡਰੈਗ ਵੀ ਕਰਦੇ ਆ ਜਾਂ ਮੈਂ ਕਿਸੇ ਦੀ ਚੀਜ਼ ਲੈਣਾ, ਕੱਲ ਮੈਂ 2000 ਦਾ ਕੰਮ ਕੀਤਾ ਠੀਕ ਆ, ਅਤੇ ਮੈਂ ਹਜੇ ਮੈਂ ਲੈਣੇ ਆ ਤੇ ਮੇਰਾ ਪਰਸ ਕਿਉਂ ਲੈ ਗਿਆ ਚੱਕ ਕੇ? ਕੁਛ ਕੋਈ ਨੀ, ਆਪਕੀ ਪਤਨੀ ਨੇ ਉਠਾਇਆ ਹੈ ਆਪਕਾ ਪਰਸ। ਕਿਉਂ ਦਾ ਹੱਕ ਬਣਦਾ ਚੱਕਣ ਦਾ, ਜ਼ਿਆਦਾ ਸਮਾਨ ਨਾ ਮਿਲਦਾ ਹੋਵੇ ਘਰ? ਮੁੱਦਾ ਗੰਭੀਰ ਚੱਲ ਰਿਹਾ। ਚੱਲ ਕੋਈ ਨੀ, ਦੇ ਦੂਗੀ ਡੈਡੀ, ਥੱਲੇ ਪਿਆ ਹੋਣਾ, ਥੱਲੇ ਪਿਆ ਹੈਂਗਓਵਰ ਜਦੋਂ ਲੱਥੂਗਾ ਸਾਡਾ ਉਦੋਂ ਦੇ ਦੂਗੀ ਮੰਮੀ ਪਰਸ। ਰਹਿਣ ਦੇ, ਮੈਂ ਲੈਣਾ ਵੀ ਹੈ ਨਹੀਂ, ਮੈਂ ਇੱਕ ਫੋਨ ਕਰਨਾ ਹੁਣ। ਹਾਂ ਇੱਕੋ ਹੀ। ਅੱਛਾ ਚੱਲ ਮੈਂ ਤੇਰੇ ਸਾਹਮਣੇ ਕਰ ਦਵਾਂ, ਬਲੌਗ ਦੇ ਵਿੱਚ ਰੱਖੀ ਹੈ। ਇੱਕ ਫੋਨ ਕਰਾਂ ਜਦੋਂ ਮੈਂ, ਉਦੋਂ ਸਾਰੇ ਇਕੱਠੇ ਹੋ ਜਾਂਦੇ। ਉਹ ਬੰਦ ਨਾ ਕਰੀ ਹੈ ਰੋਟੀ ਪਾਣੀ ਭੁੱਖ ਲੱਗੀ ਆ ਸਾਰਿਆਂ ਨੂੰ ਤੇ ਸੁੱਖ ਸ਼ਾਂਤੀ ਨਾਲ ਸਾਰੇ ਪਹੁੰਚ ਗਏ ਆ। ਡੈਕੋਰੇਸ਼ਨ ਬਹੁਤ ਘੈਂਟ ਕੀਤੀ ਯਾਰ ਦੀਵਾਲੀ ਕਰਕੇ। ਚਲੋ ਜੀ ਖਾਈਏ ਰੋਟੀ ਪਾਣੀ, ਵੇਖੀਏ ਫਿਰ। ਝਿਲਮਲ ਵਾਲਿਆਂ ਨੇ ਚਾਰ ਦਾ ਡੱਬਾ ਪਹਿਲਾਂ ਹੀ ਰੱਖ ਰੱਖਿਆ, ਜਿੰਨਾ ਮਰਜ਼ੀ ਖਾਓ ਪਰ ਘਰ ਨਾ ਲਿਜਾਓ। ਰੋਟੀ ਪਾਣੀ ਖਾ ਲਿਆ ਅਤੇ ਰੋਟੀ ਪਾਣੀ ਤਾਂ ਆਪਾਂ ਘੰਟਾ 1.5 ਘੰਟਾ ਪੂਰਾ ਲਾ ਲਿਆ, ਕਿਉਂਕਿ ਰੱਜ ਕੇ ਫਿਰ ਰੋਟੀਆਂ ਖਾ ਲਈਆਂ, ਹੁਣ ਆਪਾਂ ਰੁਕਣਾ ਨਹੀਂ ਗਾ ਅਤੇ ਹੁਣ ਆਪਾਂ ਗੱਡੀ ਆਪਾਂ ਚਲਾਉਣ ਲੱਗੇ, ਕਿਉਂਕਿ ਭਾਅ ਜੀ ਕਹਿੰਦਾ ਹੁਣ ਤੁਸੀਂ ਮੈਨੂੰ ਦਿਓ ਰੈਸਟ। ਅਤੇ ਵੈਸੇ ਮੈਂ ਪਹਿਲਾਂ ਹੀ ਫੜ ਲੱਗਦਾ ਜੀ, ਪਰ ਫਿਰ ਮੈਂ ਕਿਹਾ ਵੀ ਬਾਈ ਨੂੰ ਚਲਾਉਣ ਦੀਏ, ਕਿਉਂਕਿ ਇੰਡੀਆ ਦੇ ਵਿੱਚ ਬਾਈ ਦਾ ਹੱਥ ਖੋਲ ਹੀ ਪੈਣਾ, ਕਿਉਂਕਿ ਗੱਡੀ ਤਾਂ ਬਾਈ ਨੇ ਚਲਾਉਣੀ ਆ ਠੀਕ ਹੈ। ਅਤੇ ਆਪਾਂ ਤਾਂ ਹੁਣ ਆਏ ਹਾਂ ਵੀ ਆਪਾਂ ਤਾਂ ਤੁਰੇ ਹੀ ਫਿਰਦੇ ਇੰਡੀਆ 'ਚ 3.5 ਸਾਲਾਂ ਤੋਂ, ਅਤੇ ਇਸ ਕਰਕੇ ਫਿਰ ਮੈਂ ਕਿਹਾ ਵੀ ਬਾਈ ਚਲਾਊਗਾ ਅਤੇ ਬਾਈ ਨੂੰ ਨੰਮੇਵਾੜ 'ਚ ਨਜ਼ਾਰਾ ਵੀ ਆਉਂਦਾ, ਕਿਉਂਕਿ ਬਾਈ ਨੂੰ ਡਰਾਈਵਿੰਗ ਦਾ ਸ਼ੌਂਕ ਆ ਉਹਦੇ ਕਰਕੇ।
ਮੈਂ ਕਿਹਾ ਵੀ ਬਾਈ ਚਲਾਉਣ ਬਾਈ ਨੂੰ ਚਲਾਈ ਸੀਗੇ ਅਤੇ ਚੱਲਦੇ ਹਾਂ ਮੈਨੂੰ ਲੱਗ ਰਹੀ ਸੰਘ ਅਸਲ ਦੇ ਵਿੱਚ ਮਾਸੀ ਹੋਣਾਂ ਦੇ ਸਾਹਮਣੇ ਵਲੋਗ ਬਣਾਉਣ 'ਚ ਤਾਂ ਕਰਕੇ ਮੈਂ ਲੁਕ ਲੁਕ ਕੇ ਜੀ ਬਣਾ ਰਿਹਾ ਲਓ ਵੀ ਤਕਦੀਰ ਖੇਡੀ ਜਾਂਦੀ ਹੈ ਕਿਉਂਕਿ ਅਸੀਂ ਦਿਨੇ ਅੱਜ ਦਸ ਕੁੜ ਹੋ ਰਿਹਾ ਦਿਨੇ ਅੱਜ ਅਸੀਂ ਇੰਨਾ ਸੌਂ ਲਿਆ ਸੀਗਾ ਕਿ ਹੁਣ ਸਾਨੂੰ ਮੈਨੂੰ ਲੱਗਦਾ ਨੀਂਦ ਹੀ ਨਹੀਂ ਆਉਣੀ ਇੱਕ ਦੋ ਵਜੇ ਤੱਕ ਅਤੇ ਮੈਂ ਕਹਿੰਦੀ ਹੁਣੇ ਤੁਸੀਂ ਵਲੋਗਾਂ ਦੇ ਵਿੱਚ ਦੇਖਿਆ ਹੀ ਆ ਵੀ ਦਿੱਲੀ ਗਏ ਹੋਏ ਆ ਅੱਜ ਅਸੀਂ ਕੁਛ ਨਹੀਂ ਕੀਤਾ ਸਾਰਾ ਦਿਨ ਰੈਸਟ ਕੀਤੀ ਆ ਕਿਉਂਕਿ ਜਿੱਦੇ ਦੇ ਅਸੀਂ ਆਏ ਹੋਏ ਹਾਂ ਮਤਲਬ ਦਿੱਲੀ ਤੋਂ ਦੀਦੀ ਨੂੰ ਲੈ ਕੇ ਬਿਲਕੁਲ ਵੀ ਰੈਸਟ ਨਹੀਂ ਹੋਈ ਹੁਣ ਅੱਜ ਅਸੀਂ ਸਾਰਾ ਦਿਨ ਹੀ ਮੈਨੂੰ ਲੱਗਦਾ ਸਵੇਰੇ ਉੱਠੇ ਦੀਦੀ ਆਪਾਂ 10:30 ਸਵੇਰੇ ਉੱਠੇ ਅਸੀਂ 10 ਵਜੇ ਫਿਰ ਅਸੀਂ ਰੋਟੀ ਪਾਣੀ ਖਾ ਕੇ ਅਤੇ ਆਪਾਂ ਕਿੰਨੇ ਵਜੇ ਸੁੱਤੇ ਹਾਂ ਦੁਪਹਿਰੇ 3 ਵਜੇ ਸੌਂ ਕੇ ਫਿਰ ਉੱਠੇ ਆ 6 ਵਜੇ 6:30 ਵਜੇ ਮਤਲਬ ਅੱਜ ਪ੍ਰੋਪਰ ਰੈਸਟ ਹੋਈ ਆ ਪ੍ਰੋਪਰ ਸੁੱਤੇ ਹਾਂ ਹੁਣ ਮੈਨੂੰ ਲੱਗਦਾ ਸਾਨੂੰ ਇੰਨਾ ਅਸੀਂ ਸੌਂ ਲਏ ਹਾਂ ਵੀ ਹੁਣ ਸਾਨੂੰ ਰਾਤ ਤੱਕ ਨੀਂਦ ਹੀ ਨਹੀਂ ਆਉਣੀ ਹੈਗੀ ਅਤੇ ਮੰਮੀ ਤਾਂ ਇੱਦਾਂ ਸੌਂ ਗਈ ਆ ਮੈਨੂੰ ਲੱਗਦਾ ਮੇਰੀ ਕਿਉਂਕਿ ਥੱਕ ਗਈ ਕੱਲ੍ਹ ਮੰਮੀ ਥੱਲੇ ਪਏ ਸੀ ਅੱਜ ਮੰਮੀ ਕਹਿੰਦੇ ਚੱਲ ਮੈਂ ਉੱਪਰ ਪੈ ਜਾਂਦੀ ਹਾਂ ਕਿਉਂਕਿ ਮਹਿਕਦੀਪ ਹੈ ਨਹੀਂ ਕੱਲ੍ਹ ਮੈਂ ਮਹਿਕਦੀਪ ਤਕਦੀਰ ਅਤੇ ਦੀਦੀ ਉੱਪਰ ਪਏ ਸੀਗੇ ਦੀਦੀ ਕਿੱਦਾਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ ਬਾਕੀ ਦੀਦੀ ਨੂੰ ਆਪਾਂ ਪੁੱਛਦੇ ਹਾਂ ਵੀ ਦੀਦੀ ਨੂੰ ਇੱਥੇ ਆ ਕੇ ਦੀਦੀ ਪਹਿਲੀ ਵਾਰੀ ਆਏ ਆ ਪਹਿਲੀ ਵਾਰੀ ਐਕਸਪੀਰੀਅੰਸ ਕਿੱਦਾਂ ਦਾ ਸੀ ਦੋ ਸ਼ਬਦ ਦੀ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਹਾਂ ਮਤਲਬ ਵਧੀਆ ਸਟਾਰਟ ਹੀ ਲੈ ਗਈ ਆ ਵਧੀਆ ਅੱਜ ਤਾਂ ਸਾਰਾ ਦਿਨ ਆਪਾਂ ਸੁੱਤੇ ਰਹੇ ਹਾਂ ਤੇ ਮੰਮੀ ਹੁਣਾਂ ਦਾ ਨੇਚਰ ਕਿੱਦਾਂ ਦਾ ਲੱਗਾ ਵਧੀਆ ਲੱਗਾ ਇਦਾਂ ਲੱਗਾ ਤਾਂ ਨਹੀਂ ਵੀ ਪਹਿਲੀ ਵਾਰੀ ਆਏ ਆ ਉੱਪਰ ਆ ਜਿਆ ਤਾਂ ਨਹੀਂ ਫੀਲ ਹੋਇਆ ਵਧੀਆ ਲੱਗੇ ਮੇਰੇ ਮੰਮੀ ਡੈਡੀ ਬਹੁਤ ਵਧੀਆ ਘਰ ਬਾਰ ਵੀ ਵਧੀਆ ਸਭ ਕੁਝ ਵਧੀਆ ਹੈ ਲੋ ਵੀ ਦੀਦੀ ਨੂੰ ਤਾਂ ਬਹੁਤ ਵਧੀਆ ਲੱਗਾ ਆ ਕੇ ਤਕਦੀਰ ਇੱਧਰ ਜਰਾਬਾਂ ਕੱਢੀ ਜਾਂਦੀ ਅੱਧੀ ਰਾਤ ਨੂੰ ਹੁਣ ਪਤਾ ਨਹੀਂ ਕਿਉਂ ਬਸ ਪੁੱਤ ਹੁਣ ਜਰਾਬਾਂ ਜਾ ਦੀਦੀ ਨਾਲ ਘੋਰ ਕੰਢੇ ਕਰ ਭੂਆ ਨਾਲ ਭੂਆ ਨਾਲ ਘੋਰ ਕੰਢੇ ਅਤੇ ਸਾਡਾ ਮੇਰਾ ਤਾਂ ਮੈਨੂੰ ਤਾਂ ਵਧੀਆ ਹੀ ਲੱਗਦਾ ਹੁੰਦਾ ਆਪਣੇ ਪੇਕੇ ਆ ਕੇ ਨੂੰ ਮਾੜਾ ਲੱਗਦਾ ਹੁੰਦਾ ਅਤੇ ਬਸ ਇੱਦਾਂ ਹੀ ਲੰਘ ਗਿਆ ਕੱਲ੍ਹ ਨੂੰ ਅਸੀਂ ਇੱਥੋਂ ਚੱਲ ਜਾਣਾ ਆ ਠੀਕ ਆ ਕੱਲ੍ਹ ਨੂੰ ਆਪਾਂ ਕਿੱਥੇ ਜਾਣਾ ਆ ਉਹ ਤੁਹਾਨੂੰ ਆਪਾਂ ਅਗਲੇ ਵਲੋਗ ਦੇ ਵਿੱਚ ਦੱਸਾਂਗੇ ਬਾਕੀ ਮਹਿਕ ਦੀਪ ਦਾ ਵਲੋਗ ਤੁਸੀਂ ਦੇਖਿਆ ਹੋਣਾ ਅੱਜ ਮਾਸੀ ਵੀ ਆ ਗਿਆ ਅਤੇ ਦੀਦੀ ਦਾ ਛੋਟਾ ਦਿਓਰ ਕੀ ਆ ਉਹਦਾ ਨਾਮ ਪਰਮਿੰਦਰ ਅਤੇ ਉਹ ਵੀ ਆ ਗਿਆ ਸਾਡੇ ਤੋਂ ਤਾਂ ਬਹੁਤ ਛੋਟਾ ਨਾ ਕਿੰਨਾ ਬਰਥ ਆ ਹਾਂ ਉਹ 18 ਸਾਲ ਦਾ ਆ ਅਤੇ ਸਾਡੇ ਤੋਂ ਤਾਂ 8-9 ਸਾਲ ਮਤਲਬ ਛੋਟੇ ਆ ਅਤੇ ਉਹ ਵੀ ਅੱਜ ਆ ਗਏ ਆ ਬਾਕੀ ਤਜਿੰਦਰ ਵੀਰੇ ਨੂੰ ਵੀ ਤੁਸੀਂ ਦੇਖਿਓ ਨਾ ਕਿਸੇ ਨੇ ਪਿਛਲੇ ਵਲੋਗ 'ਚ ਕਮੈਂਟ ਕੀਤਾ ਵੀ ਤੁਸੀਂ ਜੀਜਾ ਜੀ ਨਾ ਕਿਹਾ ਕਰੋ ਵੀਰੇ ਨੂੰ ਉਹ ਤਾਂ ਅਸੀਂ ਵੀਰੇ ਨੂੰ ਛੇੜਦੇ ਹੁੰਦੇ ਹਾਂ ਵੈਸੇ ਅਸੀਂ ਸਾਰੇ ਜਣੇ ਮਹਿਕਦੀਪ ਵੀ ਵੀਰਾ ਕਹਿੰਦਾ ਆ ਭਾਜੀ ਕਹਿੰਦਾ ਆ ਅਤੇ ਮੈਂ ਵੀ ਵੀਰਾ ਹੀ ਕਹਿੰਦੀ ਅਸੀਂ ਜੀਜਾ ਜੀ ਨਹੀਂ ਕਹਿੰਦੇ ਉਹ ਤਾਂ ਅਸੀਂ ਵੈਸੇ ਜਸਟ ਫਨ ਵੀਰੇ ਨੂੰ ਜੀਜਾ ਜੀ ਕਹੀਦਾ ਆ ਹੈ ਨਾ ਹਾਸਾ ਮਜ਼ਾਕ ਕਰਦੇ ਰਹਿੰਦੇ ਵੈਸੇ ਅਸੀਂ ਭਾਜੀ ਹੀ ਕਹੀਦਾ ਪਰ ਪਹਿਲਾਂ ਜਦੋਂ ਅਸੀਂ ਪਹਿਲਾਂ ਸਾਰੇ ਜਣੇ ਜੀਜਾ ਹੀ ਕਹਿੰਦੇ ਸੀ ਜੀਜੇ ਨੂੰ ਹੈ ਨਾ ਜਿਹੜਾ ਰਿਲੇਸ਼ਨ ਐਕਚੁਅਲੀ ਹੁੰਦਾ ਸੀ ਇਹ ਤਾਂ ਹੁਣ ਰੀਤੀ ਰਿਵਾਜ਼ ਨਵੇਂ ਬਣਾਤੇ ਵੀ ਭਾਜੀ ਕਹਿੰਦੇ ਆਪਾਂ ਅਤੇ ਅਸੀਂ ਤਾਂ ਭਾਜੀ ਹੀ ਕਹਿੰਦੇ ਹਾਂ ਮੈਂ ਤਾਂ ਵੀਰਾ ਹੀ ਕਹਿੰਦੀ ਹਾਂ ਕਿਉਂਕਿ ਉਹ ਵੀ ਦੁਆਬੇ ਦੇ ਆ ਸਾਡੇ ਇੱਥੇ ਲੱਗ ਗਈ ਆ ਮੈਂ ਵੀ ਇੱਥੋਂ ਦੀ ਇਸ ਕਰਕੇ ਮੈਂ ਤਾਂ ਵੀਰਾ ਹੀ ਮੰਨਦੀ ਹਾਂ ਤਾਂ ਵੀਰਾ ਹੀ ਕਹਿੰਦੀ ਹਾਂ ਸਾਡਾ ਰਿਲੇਸ਼ਨ ਜਿਹੜਾ ਅਸੀਂ ਭੈਣ ਭਾਈ ਇੱਕ ਦੂਜੇ ਨੂੰ ਮੰਨਦੇ ਹਾਂ ਹੈ ਨਾ ਅਤੇ ਉਹ ਤਾਂ ਕੋਈ ਉਹੋ ਜਿਹੀ ਗੱਲ ਨਹੀਂ ਹੈਗੀ ਦੁਆਬੇ 'ਤੇ ਰੁਕੇ ਸੀਗੇ ਫਿਰ ਰੋਟੀ ਕੁਛ ਖਾਣ ਪੀਣ ਲਈ ਅਤੇ ਖਾ ਪੀ ਲਿਆ ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਬਸ 150 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਪਣਾ ਇੱਥੋਂ 2 ਘੰਟਿਆਂ ਦਾ ਤਾਂ 2 ਘੰਟਿਆਂ 'ਚ ਭਾਜੀ ਕੇ ਪਿੰਡ ਪਹੁੰਚ ਜਾਣਾ ਅਤੇ ਅੱਜ ਆਪਾਂ ਘਰੇ ਤਾਂ ਜਾਣਾ ਨਹੀਂ ਗਾ ਭਾਜੀ ਕੇ ਪਿੰਡ ਹੀ ਰੁਕਣਾ ਚੱਲਦੇ ਹੁਣ ਅੱਗੇ ਵੱਧਦੇ ਹਾਂ ਚਾਹ ਚੂ ਪੀ ਲਈ ਆ ਟਾਈਮ ਹੋ ਗਿਆ ਵਧੀਆ ਸਕਿਉਰਿਟੀ ਗਾਰਡ ਖੜਾ ਭਾਜੀ ਨੂੰ ਡਿੱਕੀ ਜਾਂਦਾ ਖੋਲੂਗਾ ਬਾਰੀ ਕਰ ਭਾਜੀ ਬੜੀ ਚੜ੍ਹਾਈ ਆ ਤੁਹਾਡੀ ਬੜੀ ਚੜ੍ਹਾਈ ਆ ਮੈਂ ਕਿਹਾ ਸਵਾ 2 ਹੋ ਗਏ ਬਾਈ ਅਤੇ ਪਹੁੰਚ ਗਏ ਆ ਲਓ ਵੀ ਮਿੱਤਰੋ ਪਹੁੰਚ ਗਏ ਹਾਂ ਆਣ ਕੇ ਘਰੇ ਅਤੇ ਵੈਸੇ ਹੈ ਨਾ ਮੈਨੂੰ ਇੱਦਾਂ ਐਂ ਜਿਹਾ ਲੱਗ ਰਿਹਾ ਵੀ ਆਪਾਂ ਵਿਆਹ ਤੋਂ ਪਹਿਲਾਂ ਹੀ ਰਾਤ ਲਾ ਰਹੇ ਹਾਂ ਹੈ ਪਾਣੀ ਕੁਛ ਨਹੀਂ ਗਾ ਨਾ ਨਾ ਪਾਣੀ ਪੂਣੀ ਕੋਈ ਚੱਕਰ ਨਹੀਂ 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 ਕੁਛ ਨਹੀਂ ਭਾਅ ਜੀ ਲਾਈਟ ਦੱਸ ਦਿਓ ਕਿੱਥੋਂ ਬੰਦ ਹੋਣੀ ਹੈ ਬਸ ਠੀਕ ਹੈ ਇੱਥੇ ਸੌਣ ਹੀ ਲੱਗਾ ਮੈਂ ਚਾਰਜਰ ਵਗੈਰਾ ਕੁਛ ਚਾਹੀਦਾ ਕੁਛ ਨਹੀਂ ਚਾਰਜ ਹੀ ਇਹੋ ਜਿਹੀ ਫੋਨ ਪੱਕੀ ਗੱਲ ਹਾਂ ਚਲੋ ਟੈਨਸ਼ਨ ਫਰੀ ਹੋ ਤੁਸੀਂ ਕੋਈ ਨਹੀਂ ਜੇ ਕੋਈ ਵੀ ਚੀਜ਼ ਚਾਹੀਦੀ ਤਾਂ ਰਾਤ ਨੂੰ ਮਿਲ ਜੀ ਕੋਈ ਨਹੀਂ ਠੀਕ ਹੈ ਵਾਈ ਮਾਰ ਕੇ ਓਕੇ ਅਤੇ ਪਹੁੰਚ ਗਏ ਬਾਈ ਅਤੇ ਮੈਨੂੰ ਇੱਦਾਂ ਲੱਗ ਰਿਹਾ ਹੈ ਨਾ ਮੈਨੂੰ ਬਾਈ ਨੇ ਇਕੱਲੇ ਨੂੰ ਦੇ ਦਿੱਤਾ ਰੂਮ ਕਹਿੰਦਾ ਇੱਥੇ ਹੀ ਸੌਂ ਜਾਓ ਤੁਸੀਂ ਕਿਉਂਕਿ ਬਾਈ ਨੇ ਐਡੀਟਿੰਗ ਵਗੈਰਾ ਕਰਨੀ ਆਪਣੇ ਵਲੋਗ ਦੀ
ਤੇ ਪਹੁੰਚ ਗਏ ਹਾਂ ਤੇ ਮਿਲਦੇ ਹਾਂ ਆਪਾਂ ਨਵੇਂ ਵਲੌਗ ਦੇ ਨਾਲ ਹੈ ਨਾ। ਅਤੇ ਮੈਂ ਵਲੌਗ ਥੋੜ੍ਹਾ ਜਿਹਾ ਘੱਟ ਸ਼ੂਟ ਕੀਤਾ, ਜੋ ਤੁਰਿਆਂ ਨੇ ਕੁਛ ਸ਼ੂਟ ਕੀਤਾ ਫਿਰ ਆਪਾਂ ਵਿੱਚ ਐਡ ਕਰਤਾ, ਠੀਕ ਹੈ, ਕਿਉਂਕਿ ਨਵੀਂ ਨਵੀਂ ਰਿਸ਼ਤੇਦਾਰੀ ਹੈ ਫਿਰ ਥੋੜ੍ਹੀ ਸੰਗ ਲੱਗਦੀ ਹੈ ਨਾ। ਅਤੇ ਇੱਦਾਂ ਕਰਕੇ ਫਿਰ ਥੋੜ੍ਹਾ ਥੋੜ੍ਹਾ ਸ਼ੂਟ ਕੀਤਾ ਆਪਾਂ, ਕੋਈ ਨਹੀਂ ਸਾਰਿਆਂ ਨਾਲ ਮਿਲਾਵਾਂਗੇ, ਟੈਨਸ਼ਨ ਨਾ ਲਓ, ਮਾਸੜ ਵੀ ਨਹੀਂ ਵੀ ਆਉਣਾ ਹਜੇ, ਸਾਰਿਆਂ ਨਾਲ ਮਿਲਾਵਾਂਗੇ ਜਲਦੀ ਤੋਂ ਜਲਦੀ। ਅਤੇ ਫਿਰ ਆਪਾਂ ਜਿਹੜਾ ਆ ਦੱਸਾਂਗੇ ਵੀ ਕੌਣ ਕੀ ਲੱਗਦਾ ਕੌਣ ਕੀ ਲੱਗਦਾ ਹੈ ਨਾ। ਅਤੇ ਹਜੇ ਆਪਾਂ ਥੋੜ੍ਹਾ ਜਿਹਾ ਸੰਗਦੇ ਹਾਂ ਤਾਂ ਕਰਕੇ ਨਹੀਂ ਬਣਾਇਆ ਵਲੌਗ, ਅਤੇ ਹੁਣ ਮੈਂ ਹੌਲੀ ਬੋਲ ਰਿਹਾ, ਸੋ ਇਸ ਕਰਕੇ ਆਪਣੇ ਹੈੱਡਫੋਨ ਲਾ ਲਿਓ ਬਾਈ ਬਣ ਕੇ। ਅਤੇ ਚਲੋ ਜੀ ਆਪਾਂ ਨਾ ਹੁਣ ਇਸ ਵਲੌਗ ਨੂੰ ਇੱਥੇ ਕਰਦੇ ਹਾਂ ਕਿਰਾਂ ਖਤਮ, ਅਤੇ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ। ਬਾਏ ਬਾਏ ਜੀ, ਗੁੱਡ ਨਾਈਟ, ਰਾਤ ਦੇ 2:30 ਵਜੇ ਆ, ਸਵੇਰ ਦੇ 7 ਵਜੇ ਤੱਕ ਸੌਂਦੇ ਹਾਂ, ਫਿਰ ਜਾਵਾਂਗੇ ਪਿੰਡ ਨੂੰ। ਕੁੱਕੜਾ ਜਿਹਾ ਤਾਂ ਸੁੱਤਾ ਪਿਆ ਅਤੇ ਮੈਂ ਆ ਗਿਆ ਘਰੇ ਬਾਈ, ਅਤੇ ਕਹਿੰਦੀ ਮੈਨੂੰ ਨੀਂਦ ਜਾਂਦੀ ਅਤੇ ਆਉਂਦੀ ਘਰਾੜੇ ਮਰੀ ਜਾਂਦੀ ਜਦੋਂ ਲੈ। ਇਹ ਤਾਂ ਹੁਣ ਗਵਾਹੀ ਭਰਾਈ ਆ ਤੂੰ। ਫੋਕਾ ਆ ਗਿਆ, ਕਾਹਦੀ? ਚਲੋ ਲਓ ਵੀ ਆਪਾਂ ਆ ਗਏ ਘਰੇ। ਅਤੇ ਤੁਹਾਨੂੰ ਮੈਂ ਰਾਤ ਵੀ ਦੱਸਿਆ ਸੀ ਵੀ ਮੈਂ ਵਲੌਗ ਘੱਟ ਤਾਂ ਬਣਾਇਆ ਕਿਉਂਕਿ ਬਈ ਸੰਗ ਲੱਗਦੀ, ਸਿੱਧੀ ਜਿਹੀ ਗੱਲ ਹੈ ਨਾ, ਪਹਿਲੀ ਵਾਰੀ ਘਰੇ ਗਏ ਹਾਂ ਅਤੇ ਪਹਿਲੀ ਵਾਰੀ ਮਾਸੀ ਹੁਣਾਂ ਨੂੰ ਮਿਲੇ, ਸੋ ਇਸ ਕਰਕੇ ਥੋੜ੍ਹਾ ਜਿਹਾ ਫਿਰ ਤੁਹਾਨੂੰ ਪਤਾ ਹੀ ਆ ਵੀ ਬੰਦਾ ਹੌਲੀ ਹੌਲੀ ਖੁੱਲਦਾ ਹੈ ਨਾ। ਅਤੇ ਵੈਸੇ ਮਾਸੀ ਵਾਰੀ ਕਿਤੇ ਕਹੀ ਮੈਂ ਇਹਦੇ ਵਲੌਗ ਬਣਾ ਲਾ ਕਿਉਂਕਿ ਸਾਰੇ ਦੇਖਦੇ ਆ, ਅਤੇ ਪਰ ਫਿਰ ਵੀ ਤੁਹਾਨੂੰ ਪਤਾ ਮਾੜੀ ਮੋਟੀ ਸੰਗ ਲੱਗਦੀ ਬੰਦੇ ਨੂੰ। ਅਤੇ ਬਾਕੀ ਵਧੀਆ ਰਿਹਾ ਪਹਿਲੀ ਵਾਰੀ ਭੈਣ ਦੇ ਸੋਰੀ, ਮੈਂ ਪਹਿਲੀ ਵਾਰੀ ਰਾਤ ਲਾ ਵੀ ਗਿਆ ਵਿਆਹ ਤੋਂ ਪਹਿਲਾਂ ਹੀ। ਅਤੇ ਚਲੋ ਮਾਸੜ ਨੇ ਸਪੈਸ਼ਲ ਫੋਨ ਕੀਤਾ, ਕਹਿੰਦੇ ਪੁੱਤਰ ਰਾਤ ਨੂੰ ਨਹੀਂ ਜਾਣਾ, ਰਾਤ ਨੂੰ ਘਰੇ ਰੁਕਣਾ। ਹਾਂ, ਤੇ ਜੀਜਾ ਜੀ ਦਾ, ਜੀਜਾ ਜੀ ਵਿਚਾਰੇ ਤਿਆਰੀਆਂ ਕਰਕੇ ਗਏ ਘਰੇ, ਵੀਰੇ ਨੇ ਵਿਚਾਰੇ ਨੇ ਤਿਆਰੀਆਂ ਕੀਤੀਆਂ ਪਈਆਂ ਸੀ ਪੂਰੀਆਂ ਕਿ ਮੇਰੇ ਸਾਲੇ ਨੇ ਪਹਿਲੀ ਵਾਰੀ ਆਉਣਾ। ਹਾਂ, ਪਹਿਲੀ ਵਾਰੀ ਰਹਿਣਾ ਆ। ਕੰਮ ਵਾਲਿਆਂ ਨੂੰ, ਉਹਨਾਂ ਨੂੰ ਰੰਗ ਵਾਲਿਆਂ ਨੂੰ ਕਿਹਾ ਵੀ ਕਮਰਾ ਤਿਆਰ ਕਰਕੇ ਬੈੱਡ ਲਾ ਕੇ ਜਾਣਾ ਆ ਅੰਦਰ, ਸਾਰਾ ਕੁਛ ਕਰਕੇ। ਵਧੀਆ ਆ, ਕਿੱਦਾਂ ਘਰ ਵਧੀਆ ਬਣਿਆ, ਬਹੁਤ ਸੋਹਣਾ, ਮੈਂ ਕਹਿੰਦਾ ਦੀਦੀ ਦਾ, ਅਸੀਂ ਵੀ ਦੇਖਾਂਗੇ ਜਾ ਕੇ ਜਲਦੀ। ਅਤੇ ਹਜੇ ਤਾਂ ਚਲੋ ਰੰਗ ਰੁੰਗ ਹੋ ਹੀ ਜਾਂਦਾ ਆ, ਅਤੇ ਵੀਰਾ ਵਿਚਾਰਾ ਐਂ ਕਰੀ ਜਾਵੇ। ਕੱਲ੍ਹ ਵਿਚਾਰਾ ਸੱਚ ਮੈਂ ਤੁਹਾਨੂੰ ਦੱਸਦਾ, ਸਵੇਰੇ ਮੈਂ ਜਦੋਂ ਗਿਆ ਨਾ, ਮੈਂ ਕਿਹਾ ਬਾਈ ਮੈਂ ਆ ਗਿਆ, ਮੈਂ ਕਹਿੰਦੇ ਤੁਸੀਂ ਇੱਦਾਂ ਕਰਕੇ ਇੱਥੇ ਘਰ ਆ ਅਤੇ ਚਲੋ ਤੁਸੀਂ ਘਰ ਨੂੰ, ਮੈਂ ਆਉਣਾ। ਜਦੋਂ ਮੈਂ ਦੂਸਰਾ ਜਾ ਕੇ ਬਹਿ ਗਿਆ ਮਾਤਾ ਕੋਲ, ਅਤੇ ਵੀਰਾ ਵਿਚਾਰਾ ਆਇਆ, ਪਲੇਟ 'ਚ ਪਾਈ ਚਮਚਮ, ਬਰਫੀ, ਗੁਲਾਬ ਜਾਮਣਾ, ਅਤੇ ਮੈਂ ਕਿਹਾ ਠੀਕ ਹੈ, ਮੈਂ ਕਿਹਾ ਬਾਈ ਇਹਦੀ ਤਾਂ ਕੀ ਲੋੜ ਸੀ, ਕੋਈ ਗੱਲ ਨਹੀਂ, ਚਾਹ ਤਾਂ ਮੈਂ ਪੀ ਕੇ ਆਇਆ। ਜੀਜੇ ਜੀ ਦੀ ਇੰਨੀ ਸੇਵਾ ਕਰਨੀ ਹੁੰਦੀ ਹੈ ਸਾਲੇ ਦੀ, ਹੋ ਗਈ ਨਹੀਂ ਨਹੀਂ ਫਿਰ ਇੱਦਾਂ ਹੀ ਆ, ਚੜ੍ਹਾਈ ਤਾਂ ਫਿਰ ਇੱਦਾਂ ਹੀ ਆ। ਅਤੇ ਹਾਂ, ਅਤੇ ਫਿਰ ਅਸੀਂ ਉਦੋਂ ਬਾਅਦ ਤਾਂ ਹੀ ਅਸੀਂ ਘੰਟਾ ਲੇਟ ਹੋ ਗਏ ਕੱਲ੍ਹ, ਅਤੇ ਪਰ ਗਾਂਹ ਫਲਾਈਟ ਵੀ ਲੇਟ ਸੀਗੀ, ਅਤੇ ਉਹਦੇ ਕਰਕੇ ਫਿਰ ਚਲੋ ਟਾਈਮ ਜ਼ਿਆਦਾ, ਇਹਨਾਂ ਦੀ 20 ਮਿੰਟ ਪਹਿਲਾਂ ਸੀ, ਉਹਨਾਂ ਦੀ 24 ਮਿੰਟ ਲੇਟ ਸੀਗੀ, ਅਤੇ ਉਹਦੇ ਕਰਕੇ ਫਿਰ ਹੋ ਗਿਆ। ਅਤੇ ਬਾਕੀ ਆਪਾਂ ਇਸ ਵਲੌਗ ਨੂੰ ਕਰਦੇ ਇੱਥੇ ਖਤਮ, ਮਿਲਦੇ ਹਾਂ ਨਵੇਂ ਵਲੌਗ ਨਾਲ, ਟਿਲ ਦੈਨ ਬਾਏ ਬਾਏ, ਗੁੱਡ ਨਾਈਟ। ਆਪਣਾ ਡਾਇਲੋਗ ਨਹੀਂ ਆ ਰਿਹਾ, ਦਿਲ ਖੁਸ਼ਦਾ। ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸੋ ਵਲੌਗ ਕਿੱਦਾਂ ਲੱਗਿਆ। ਬਾਏ ਬਾਏ ਜੀ, ਗੁੱਡ ਨਾਈਟ ਕਹਿੰਦੇ ਗਏ ਨੇ, ਗੁੱਡ ਮੋਰਨਿੰਗ ਹੀ ਆਉਂਦਾ। ਚਲੋ ਵਲੌਗ ਰਾਤ ਨੂੰ ਆਊਗਾ, ਇਸ ਕਰਕੇ ਗੁੱਡ ਨਾਈਟ।